ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰਿਆਂ ਨੂੰ। ਮੈਂ ਡਾਕਟਰ ਪਰਮਪ੍ਰੀਤ ਸਿੰਘ, ਆਰਥੋਪੈਡਿਕ ਸਰਜਨ ਅਤੇ ਪੇਨ ਮੈਨੇਜਮੈਂਟ ਸਪੈਸ਼ਲਿਸਟ ਹਾਂ ਅਮਨਦੀਪ ਹੋਸਪਿਟਲ ਅੰਮ੍ਰਿਤਸਰ ਤੋਂ। ਸੋ ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇੱਕ ਮਿਥਸ ਐਂਡ ਫੈਕਟਸ ਦੀ ਸੀਰੀਜ਼ ਸ਼ੁਰੂ ਕੀਤੀ ਹੈ, ਜਿਸ ਦੇ ਲਾਸਟ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਅਰਲੀ ਲਾਈਫ ਦੇ ਵਿੱਚ, ਅਰਲੀ ਏਜ ਦੇ ਵਿੱਚ ਜਿਹੜੇ ਗੋਡੇ ਖਰਾਬ ਹੋਣਾ ਅਤੇ ਉਸ ਦੇ ਵਿੱਚ ਕੀ ਕਰ ਸਕਦੇ ਹਾਂ। ਸੋ ਅਰਲੀ ਓਸਟੀਓਆਰਥਰਾਈਟਿਸ, ਜਿਸ ਤਰ੍ਹਾਂ ਕਿ ਮੈਂ ਦੱਸਿਆ ਸੀ, ਜ਼ਿਆਦਾ ਜਿਹੜੇ ਹਨ ਸੈਡੈਂਟਰੀ ਲਾਈਫ ਸਟਾਈਲ ਵਾਲੇ ਬੰਦਿਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਜਿਹੜੇ ਸਿਟਿੰਗ ਜੋਬ ਕਰਦੇ ਹਨ, ਆਫਿਸ ਜੋਬ ਕਰਦੇ ਹਨ, ਅਤੇ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਤਾਂ ਜੋ ਗੋਡੇ ਪਰਮਾਨੈਂਟ ਡੈਮੇਜ ਨਾ ਹੋ ਸਕਣ। ਇਸ ਵਾਸਤੇ ਸਾਡੇ ਕੋਲ ਕਈ ਐਸੀਆਂ ਥੈਰੇਪੀਜ਼ ਹਨ ਜਿਨ੍ਹਾਂ ਦੇ ਵਿੱਚ ਇੱਕ PRP ਥੈਰੇਪੀ ਹੈ, ਪ੍ਰੋਲੋ ਥੈਰੇਪੀ ਹੈ, ਰੇਡੀਓ ਫ੍ਰੀਕੁਐਂਸੀ ਥੈਰੇਪੀ ਹੈ, ਜਿਸ ਦੇ ਨਾਲ ਕਿ ਅਸੀਂ ਇਸ ਵੱਧ ਰਹੀ ਬਿਮਾਰੀ ਨੂੰ ਰੋਕਣ ਵਿੱਚ ਸਫਲ ਹਾਂ, ਕਾਮਯਾਬ ਹੋ ਰਹੇ ਹਾਂ, ਅਤੇ ਜਿਹੜੇ ਮਰੀਜ਼ਾਂ ਦੀ ਦਰਦ ਤਾਂ ਘੱਟਦੀ ਹੀ ਹੈ, ਸਗੋਂ ਉਸ ਦੇ ਨਾਲ ਉਹਨਾਂ ਦੀ ਇਸ ਵੱਧ ਰਹੀ ਬਿਮਾਰੀ ਨੂੰ ਵੀ ਨਿਜਾਤ ਮਿਲਦੀ ਹੈ, ਇਹ ਸਟੋਪ ਹੋ ਜਾਂਦੀ ਹੈ, ਰੁਕ ਜਾਂਦੀ ਹੈ। ਅਤੇ ਇਸ ਦੇ ਨਾਲ ਹੀ ਪੇਸ਼ੈਂਟ ਨੂੰ ਕਾਉਂਸਲ ਕੀਤਾ ਜਾਂਦਾ ਹੈ ਕਿ ਉਹ ਆਪਣਾ ਹੈਲਦੀ ਲਾਈਫ ਸਟਾਈਲ ਮੇਨਟੇਨ ਕਰਨ, ਕਿਹੜੀ ਕਸਰਤ ਕਰਨੀ ਹੈ ਜਿਸ ਦੇ ਨਾਲ ਉਹਨਾਂ ਨੂੰ ਫਾਇਦਾ ਹੋਵੇ, ਉਸ ਬਾਰੇ ਵੀ ਦੱਸਿਆ ਜਾਂਦਾ ਹੈ। ਅਤੇ ਸਭ ਤੋਂ ਜਿਹੜੀ ਹੈਰਾਨੀਜਨਕ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਕਰਨ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਆਪਣਾ ਦਰਦ ਤੋਂ ਵੀ ਨਿਜਾਤ ਪਾ ਸਕਦੇ ਹੋ ਅਤੇ ਆਪਣੀ ਸਰਜਰੀ ਤੋਂ ਵੀ ਬਚ ਸਕਦੇ ਹੋ ਅਤੇ ਕਾਫੀ ਪੈਸਿਆਂ ਦੀ ਬੱਚਤ ਵੀ ਕਰ ਸਕਦੇ ਹੋ। ਸੋ ਮੈਂ ਤੁਹਾਡੇ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਯੰਗ ਹੋ, ਅਰਲੀ ਏਜ ਦੇ ਵਿੱਚ ਤੁਹਾਨੂੰ ਗੋਡਿਆਂ ਦੀ ਦਰਦ ਸ਼ੁਰੂ ਹੋ ਗਈ ਹੈ, ਤਾਂ ਇਸ ਦਰਦ ਦਾ ਵਾਸਤੇ ਤੁਸੀਂ ਆਪਣੇ ਸਪੈਸ਼ਲਿਸਟ ਆਰਥੋਪੈਡਿਸ਼ਨ ਨੂੰ ਮਿਲੋ, ਸੰਪਰਕ ਕਰੋ ਅਤੇ ਉਹਨਾਂ ਦੀ ਸਲਾਹ ਦੇ ਨਾਲ ਇਸ ਦਾ ਟ੍ਰੀਟਮੈਂਟ ਕਰਾਓ ਤਾਂ ਕਿ ਤੁਸੀਂ ਇਸ ਤੋਂ ਠੀਕ ਹੋ ਸਕੋ। ਸੋ ਵੀਡੀਓ ਵਿੱਚ ਕੋਈ ਹੋਰ ਇੰਟਰਸਟਿੰਗ ਟੌਪਿਕ ਲੈ ਕੇ ਆਵਾਂਗੇ। ਤਦ ਤੱਕ ਲਈ ਤੰਦਰੁਸਤ ਰਹੋ, ਸਿਹਤਮੰਦ ਰਹੋ ਅਤੇ ਆਪਣਾ ਖਿਆਲ ਰੱਖੋ। ਧੰਨਵਾਦ।